करवी सतगुर पाया, करमी सतगुर पाया, जिन्हो लिया छुड़ाए, जिन्हो लिया छुड़ाए, करमी सतगुर पाया, करमी सतगुर पाया, जिन्हो लिया छुड़ा, कबीर कुकर पोंकना, कबीर कुकर पोंकना, कुरंग पीछे कुरंग पीछे उठ धाए, कबीर कबीर कुकर पोंकना, कबीर कुकर पोंकना, कुरंग पीछे कुरंग पीछे उठ धाए, कुरंग पीछे उठ धाए, रंग पीछे उठ धा, करमी सतगुर पाया, करमी सतगुर पाया, जिन्हो लिया छुड़ा।
छुड़ा जिन्हों लिया छुड़ा। कर्मी सतगुरु पाया कर्मी सतगुरु पाया जिन होलिया छुड़ा। कुकर भौंकना कुकर भौंकना रे जी निलज रे जी निलज लाज तो नहीं बिरथा कहो कौन सो मन के लोभ ग्रसे दसू दिस दावत आशा लागी धन की सुख के हेत बहुत दुख पावत सेव करत जन जन के द्वारे द्वार स्वान ज्यों डोलत नहीं शुद्ध राम भजन की गुरपूरा भेट्यो वडो भागी मने भया परगासा मने भया परगासा सिख की गुर दुर्मत मल हरे सिख की गुर दुर्मत मल हरे कर्मी सतगुरु पाया सिख की गुर दुर्मत मल हरे गुरु बचनी हर नाम उच्चरे सतगुर सिख के बंधन काटे बंधन काटे गुर का सिख विकार ते हटे मन भया परगास काटी बेड़ी पगोते गुर की नी बंद खलास मने भया परगासा। कर्मी सतगुर पाईए जीवन दी बड़ी खूबसूरत दो पहलुआं दी कहानी बाबा कबीर जी ने अज दे श्लोक विच फरमाई। कहन लगे गुरु वी होना मनुख जिन्ने शब्द दी गुरु दी अगवाई दी लोड़ नहीं महसूस कीती टुट गया उंदा जीवन एक आवारा कूकर वांगू हो गया।
ਜਿੰਦਾ ਕੋਈ ਖਸਮ ਨਹੀਂ ਦਰ ਦਰ ਭਟਕਦਾ ਹੈ ਟੁੱਕਣ ਲਈ ਤੇ ਜੇ ਭਟਕਦਿਆਂ ਵੀ ਉਸਦੀ ਅੰਦਰ ਦੀ ਭਟਕਣਾ ਤ੍ਰਿਸ਼ਨਾ ਖਤਮ ਨਾ ਹੋਵੇ ਤੇ ਰੂੜੀਆਂ ਤੇ ਜਾ ਕੇ ਪੈਰ ਮਾਰਦਾ ਹੈ ਉੱਥੋਂ ਕੁਝ ਢੂੰਡਦਾ ਹੈ ਜੇ ਉੱਥੇ ਵੀ ਨਾ ਹੋਵੇ ਕਿਉਂਕਿ ਕੁੱਕੜ ਦੀ ਅਵਸਥਾ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਵਿੱਚ ਹੁਣੇ ਆਪ ਜੀ ਨੇ ਸਰਵਣ ਕੀਤੀ ਕਿ ਦੁਆਰੇ ਦੁਆਰ ਸਵਾਨ ਜਿਉਂ ਡੋਲਿਤ ਉਹਦੀ ਅੰਦਰ ਦੀ ਤ੍ਰਿਸ਼ਨਾ ਭਟਕਣਾ ਖਤਮ ਹੁੰਦੀ ਨਹੀਂ ਉਹ ਫਿਰ ਜੇ ਰੂੜੀ ਤੋਂ ਵੀ ਸੰਤੁਸ਼ਟ ਨਾ ਹੋਵੇ ਤਾਂ ਫਿਰ ਉਹ ਹੱਡਾ ਰੋੜੀ ਵਾਲੇ ਪਿੱਛੇ ਦੌੜਦਾ ਹੈ ਉੱਥੇ ਕੀ ਨੇ ਉੱਥੇ ਹੈ ਮੁਰਦਿਆਂ ਦੇ ਪਿੰਜਰ ਮਰੇ ਹੋਏ ਢੋਰਾਂ ਦੇ ਪਿੰਜਰ ਹੱਡਾ ਰੋੜੀ ਵਿੱਚ ਅਸੀਂ ਪੰਜਾਬ ਦੀ ਧਰਤੀ 'ਤੇ ਵੀ ਕਈ ਵਾਰ ਦੇਖੇ ਹੋਣ ਉੱਥੇ ਆਜ਼ਾਦ ਕੂਕਰ ਜ਼ਿਆਦਾ ਆਪਣੇ ਆਪ ਫਿਰਦੇ ਹੁੰਦੇ ਨੇ ਜਿਨ੍ਹਾਂ ਨੇ ਹੱਡਾ ਰੋੜੀ ਦੇ ਦ੍ਰਿਸ਼ ਦੇਖੇ ਨੇ ਮਰੇ ਹੋਏ ਢੋਰਾਂ ਦੇ ਪਿੰਜਰ ਅਤੇ ਉਹਨਾਂ ਵਿੱਚੋਂ ਆਪਣੀ ਖੁਰਾਕ ਢੂੰਡਦੇ ਕੂਕਰ ਆਮ ਹੱਡਾ ਰੋੜੀ ਵਿੱਚ ਦੇਖੇ ਜਾ ਸਕਦੇ ਨੇ ਉੱਥੇ ਹੀ ਉਹਨਾਂ ਦੀਆਂ ਆਵਾਜ਼ਾਂ ਉੱਥੇ ਹੀ ਉਹਨਾਂ ਦਾ ਭੌਂਕਣਾ ਬਾਬਾ ਕਬੀਰ ਜੀ ਨੇ ਆਖਿਆ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਇੱਕ ਉਹ ਜੀਵ ਹੈ ਜਿਹੜਾ ਨਿਖਸਮਾ ਹੋ ਚੁੱਕਾ ਹੈ ਅਤੇ ਉਹਦੀ ਹਾਲਤ ਉਸ ਕੂਕਰ ਵਾਂਗੂ ਹੈ ਜਿਹਨੂੰ ਸੰਤੁਸ਼ਟਤਾ ਕਿਤੋਂ ਨਹੀਂ ਮਿਲਦੀ ਅਖੀਰ ਨੂੰ ਉਹ ਮੁਰਦਿਆਂ ਦੇ ਪਿੰਜਰ ਵਿੱਚੋਂ ਹੱਡਾ ਰੋੜੀ ਵਿੱਚੋਂ ਆਪਣੀ ਖੁਰਾਕ ਢੂੰਡਦਾ ਹੈ ਉੱਥੇ ਹੀ ਬੋਲਦਾ ਹੈ ਬਾਬਾ ਕਬੀਰ ਆਖਣ ਲੱਗੇ ਕਬੀਰ ਕੂਕਰ ਭੌਂਕਣਾ ਕੁਰੰਗ ਪਿੱਛੇ ਕੁਰੰਗ ਕਹਿੰਦੇ ਨੇ ਮੁਰਦੇ ਦੇ ਪਿੰਜਰ ਨੂੰ ਕਬੀਰ ਕੂਕਰ ਭੌਂਕਣਾ ਕੁਰੰਗ ਪਿੱਛੇ ਉੱਠਦਾ ਹੈ ਦੌੜਿਆ ਜਾਂਦਾ ਹੱਡਾ ਰੋੜੀ ਵੱਲ ਪਿੰਜਰ ਦੇ ਪਿੱਛੇ ਦੌੜਿਆ ਜਾਂਦਾ ਜੇ ਖਸਮ ਵਾਲਾ ਹੁੰਦੋ ਤਾਂ ਤੇਰੀ ਜੀਵਨ ਸ਼ੈਲੀ ਬਿਲਕੁਲ ਵੱਖਰੀ ਹੁੰਦੀ ਪਰ ਖਸਮ ਵਾਲਾ ਬਣਾਉਂਦਾ ਕੌਣ ਹੈ ਇੱਥੇ ਹੁਣ ਅਗਲੀ ਲਾਈਨ ਆ ਗਈ ਕਹਿਣ ਲੱਗੀ ਕਰਮੀ ਸਤਿਗੁਰ ਪਾਇਆ ਕਰਮ ਜਾਗਣ ਸਤਿਗੁਰੂ ਮਿਲ ਜਾਏ ਸਤਿਗੁਰੂ ਖਸਮ ਨਾਲ ਮਾਲਕ ਨਾਲ ਦੇਵਨਹਾਰ ਨਾਲ ਜੋੜ ਦੇਵੇ ਜਿਹਦੇ ਦਰ ਤੋਂ ਤੈਨੂੰ ਤੇਰੀਆਂ ਲੋੜਾਂ ਵੀ ਪੂਰੀਆਂ ਹੋਣ ਅਤੇ ਉਹਦੇ 'ਤੇ ਤੇਰਾ ਵਿਸ਼ਵਾਸ ਵੀ ਬਣ ਜਾਏ ਫਿਰ ਉਹ ਵਿਸ਼ਵਾਸ ਹੌਲੀ ਹੌਲੀ ਤੇਰਾ ਪਿਆਰ ਬਣ ਜਾਏ ਆਪਣੀ ਰਸਨਾ ਤੋਂ ਉਸ ਖਸਮ ਵਾਲੇ ਦੀ ਗੱਲ ਵੀ ਬਾਬਾ ਕਬੀਰ ਜੀ ਨੇ ਕੀਤੀ ਅਤੇ ਕਹਿਣ ਲੱਗੇ ਕਬੀਰ ਕੂਕਰ ਰਾਮ ਕੋ ਉਹ ਨਿਖਸਮਾ ਇੱਕ ਪਾਸੇ ਜਿਹੜਾ ਕਰੰਗ ਪਿੱਛੇ ਉੱਠਦਾ ਹੈ ਉਹਦੀ ਸੰਤੁਸ਼ਟਤਾ ਕਿਤੇ ਨਹੀਂ ਉਹਦੀ ਤ੍ਰਿਸ਼ਨਾ ਕਿਤੇ ਨਹੀਂ ਬੁੱਝਦੀ ਕਿਉਂਕਿ ਖਸਮ ਕੋਈ ਨਹੀਂ ਇਸ ਲਈ ਉਹਦੀਆਂ ਲੋੜਾਂ ਦਾ ਜ਼ਿੰਮੇਵਾਰ ਕੋਈ ਨਹੀਂ ਬਣਦਾ ਕੋਈ ਨਹੀਂ ਬਣਦਾ ਮੈਂ ਕੱਲ੍ਹ ਯੂਕਰੇਨ ਦੇ ਜੰਗ ਦਾ ਕੁਝ ਹਿੱਸਾ ਵੀ ਦੇਖ ਰਿਹਾ ਸਾਂ
ਉੱਥੇ ਜਿੱਥੇ ਆਪਣੇ ਬੱਚਿਆਂ ਨੂੰ ਲੈ ਕੇ ਉਹ ਬਚਾਓ ਲਈ ਉੱਥੋਂ ਦੌੜ ਰਹੇ ਸਨ, ਉੱਥੇ ਮੈਂ ਹੈਰਾਨ ਸਾਂ, ਜਿਹੜੇ ਕੁੱਕਰ ਉਹਨਾਂ ਨੇ ਪਾਲੇ ਹੋਏ ਨੇ ਉਹਨਾਂ ਨੂੰ ਵੀ ਗੋਦੀ ਵਿੱਚ ਚੁੱਕਿਆ ਹੋਇਆ ਸੀ। ਕੋਈ ਰਿਸ਼ਤਾ ਖਸਮ ਵਾਲੇ ਨੇ, ਬਾਬਾ ਕਬੀਰ ਜੀ ਦਾ ਖਿਆਲ ਹੈ, ਵਿਚਾਰ ਖੂਬਸੂਰਤ ਨੇ, ਕਹਿੰਦੇ ਨੇ ਕਬੀਰ ਕੁੱਕਰ ਰਾਮ ਕੋ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਮ। ਪਰ ਇੱਕ ਗੱਲ ਜ਼ਰੂਰੀ ਹੈ, ਗਲੇ ਹਮਾਰੇ ਜੇਵਰੀ, ਗਲੇ ਹਮਾਰੇ ਜੇਵਰੀ ਜੇ ਖਿੰਚੇ ਤੇ ਜਾਓ। ਫਰਕ ਤਾਂ ਪੈ ਗਿਆ ਨਾ, ਇੱਥੇ ਆਪਣੀ ਮਰਜ਼ੀ ਨਹੀਂ ਕਿ ਦੁਆਰੇ ਦੁਆਰ ਸਵਾਣ ਜਿਉਂ ਡੋਲਤ, ਇੱਥੇ ਆਪਣੀ ਮਰਜ਼ੀ ਨਹੀਂ ਕਿ ਤੂੰ ਰੂੜੀਆਂ 'ਤੇ ਕੁਝ ਢੂੰਡਦਾ ਫਿਰੇ, ਜਿੱਥੇ ਕੁਛ ਨਹੀਂ ਤੇਰੇ ਲਈ ਉੱਥੋਂ ਵੀ ਢੂੰਡ ਕਰ ਰਿਹਾ। ਜਿਹੜਾ ਨਿਖਸਮ ਹੈ, ਜਿਹੜਾ ਰੱਬ ਨਾਲ ਗੁਰੂ ਨਾਲ ਨਹੀਂ ਜੁੜਿਆ, ਉਹ ਪਤਾ ਨਹੀਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਬਰਾਂ 'ਤੇ ਕਿੱਥੇ ਕਿੱਥੇ ਦੀਵੇ ਪਿਆ ਜਗਾਉਂਦਾ ਹੈ। ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ। ਇਸੇ ਤਰ੍ਹਾਂ ਜਿੰਦਾ ਆਪਣੇ ਮਾਲਕ 'ਤੇ ਵਿਸ਼ਵਾਸ ਨਹੀਂ, ਉਹ ਕੁੱਕਰ ਤੇ ਉਹ ਹੈ ਜਿਹਦੇ ਗੱਲ ਵਿੱਚ ਪਟਾ ਹੀ ਕੋਈ ਨਹੀਂ ਤੇ ਨਿਖਸਮਾ ਹੈ। ਤੇ ਖਸਮ ਵਾਲੇ ਦੇ ਗੱਲ ਵਿੱਚ ਪਟਾ ਹੁੰਦਾ, ਨਿਸ਼ਾਨੀ ਇਹ ਹੈ ਉਹਦੇ ਗੱਲ ਵਿੱਚ ਪਟਾ ਹੁੰਦਾ, ਤੇ ਪਟਾ ਇਸ ਗੱਲ ਦਾ ਪ੍ਰਤੀਕ ਹੁੰਦਾ ਕਿ ਇਹਦੇ ਨਾਲ ਕੋਈ ਡੋਰੀ ਬੰਨ ਕੇ ਕਿਸੇ ਮਾਲਕ ਨੇ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ। ਹੁਣ ਆਪਣੀ ਮਰਜ਼ੀ ਨਾਲ ਉਹ ਨਾ ਕਿਸੇ ਦੁਆਰੇ ਦੁਆਰੇ ਡੋਲਦਾ, ਨਾ ਕਿਸੇ ਅਰੂੜੀ 'ਤੇ ਤੋਂ ਕੁਝ ਢੂੰਡਦਾ, ਨਾ ਹੀ ਉਹ ਮੁਰਦਾ ਪਿੰਜਰਾਂ ਪਿੱਛੇ ਕਿਸੇ ਹਾਡਾ ਰੋੜੀ ਤੱਕ ਪਹੁੰਚਦਾ। ਬਾਬਾ ਕਬੀਰ ਆਖਣ ਲੱਗੇ ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਗਲੇ ਹਮਾਰੇ ਜੇਵਰੀ ਜੇ ਖਿੰਚੇ ਤੇ ਜਾਓ। ਖਸਮ ਵਾਲਾ ਆਪਣੀ ਮਰਜ਼ੀ ਆਪਣੀ ਹੋ, ਆਪਣੇ ਮਨ ਦੀ ਤਿਆਗ ਦਿੱਤੀ ਗੁਰੂ ਦੇ, ਤਾਂ ਬਾਰ ਬਾਰ ਇਹੋ ਗੱਲ ਆਖੀਏ ਆਪਣੀ ਰਸਾਂ ਤੋਂ ਕਿ ਜਿੰਨੀ ਦੇਰ ਤੂੰ ਹੁਕਮ ਵਾਲਾ ਨਹੀਂ ਬਣਦਾ, ਹੁਕਮ ਮੰਨਣ ਵਾਲਾ ਨਹੀਂ ਬਣਦਾ, ਉੱਨੀ ਦੇਰ ਖਸਮ ਨਾਲ ਤੇਰਾ ਸੰਬੰਧ ਨਹੀਂ ਬਣਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹੁਕਮ ਪਛਾਣ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਜਿਹੜਾ ਹੁਕਮ ਵਿੱਚ ਨਹੀਂ ਉਹਦਾ ਖਸਮ ਨਾਲ ਮੇਲ ਕੋਈ ਨਹੀਂ, ਤੇ ਉਹ ਹੁਕਮ ਨਾਲ ਜੋੜਦਾ ਹੈ ਗੁਰੂ। ਸਤਿਗੁਰੂ ਨੇ ਬਾਣੀ ਅੰਦਰ ਇਸੇ ਲਈ ਕਹਿ ਦਿੱਤਾ, ਕਹਿਣ ਲੱਗੇ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਗੁਰਮਤ ਮਲ ਹੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ ਜੋੜਦਾ, ਖਸਮ ਵਾਲਾ ਬਣਾਉਂਦਾ। ਤੇ ਜਿਹੜਾ ਖਸਮ ਵਾਲਾ ਕੁੱਕਰ ਹੈ, ਕਿਉਂਕਿ ਦੋਵਾਂ ਗੱਲਾਂ ਨੂੰ ਬੜੇ ਖੂਬਸੂਰਤ ਢੰਗ ਨਾਲ ਬਾਬਾ ਕਬੀਰ ਜੀ ਨੇ ਜੋੜਿਆ,
ਕਹਿਣ ਲੱਗੇ ਕਰਮਾਂ ਨਾਲ ਵਡਭਾਗੀ ਮਨੁੱਖ ਨੂੰ ਗੁਰੂ ਦੀ ਸੰਗਤ ਹੋ ਗਈ, ਸ਼ਬਦ ਨਾਲ ਜੁੜ ਗਿਆ। ਉਹਦਾ ਨਤੀਜਾ ਇਹ ਨਿਕਲਿਆ ਕਿ ਉਹ ਖਸਮ ਵਾਲਾ ਬਣ ਗਿਆ, ਮਾਲਕ ਨਾਲ ਜੁੜ ਗਿਆ। ਅਤੇ ਮਾਲਕ ਨਾਲ ਜੁੜਨ ਤੋਂ ਬਾਅਦ ਉਹਦਾ ਵਿਸ਼ਵਾਸ ਵੀ ਮਾਲਕ ਪ੍ਰਤੀ ਹੋ ਗਿਆ ਕਿ ਮੈਨੂੰ ਹੁਣ ਇਹ ਕੁਝ ਦੇਵੇਗਾ ਤਾਂ ਹੀ ਖਾਵਾਂਗਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਜੋ ਤੂੰ ਦੇਹੇ ਜੋ ਤੂੰ ਦੇਹੇ ਸੋਈ ਹੋ ਖਾਓ, ਜੋ ਤੂੰ ਦੇਹੇ ਸੋਈ ਹੋ ਖਾਓ, ਵਿਆਦਰ ਨਹੀਂ। ਵਿਆਹ ਦਾ ਅਰਥ ਹੈ ਕੋਈ ਹੋਰ, ਮੈਂ ਹੋਰ ਕਿਸ ਦਰ 'ਤੇ ਜਾਵਾਂ, ਮੈਨੂੰ ਤਾਂ ਹੁਣ ਕਿਸੇ ਦਰ 'ਤੇ ਜਾਣ ਦੀ ਭਟਕਣਾ ਹੈ ਨਹੀਂ, ਮੈਂ ਤਾਂ ਜੋ ਤੂੰ ਦੇਗਾ ਉਹੀ ਖਾਵਾਂਗਾ। ਪਰ ਇਸ ਪਿਆਰ ਲਈ ਵੀ ਨਿਮਰਤਾ ਚਾਹੀਦੀ ਹੈ, ਇਹ ਵੀ ਹੋਵੇ, ਕਿਉਂਕਿ ਹੋਂ ਹੋਂ ਵੀਤ ਪਇਓ ਹੈ ਵਿੱਚੋਂ, ਖਸਮ ਦੇ ਮਿਲਾਪ ਵਿੱਚ ਹੋਂ ਇੱਕ ਦੀਵਾਰ ਬਣਦੀ ਹੈ, ਅਤੇ ਉਹ ਹੋਂ ਕਈ ਵਾਰ ਭਗਤੀ ਦੇ ਰਾਹ ਵਿੱਚ ਵੀ ਰੋੜਾ ਬਣ ਜਾਂਦੀ ਹੈ। ਮੈਨੂੰ ਯਾਦ ਆਇਆ ਬਾਬਾ ਬੁੱਲ੍ਹਾ ਸ਼ਾਹ ਨੇ ਬੜੀ ਖੂਬਸੂਰਤ ਇੱਕ ਐਗਜ਼ਾਮਪਲ ਦਿੱਤੀ। ਐਗਜ਼ਾਮਪਲ ਕੈਸੀ ਸੀ? ਪੁੱਛਦੇ ਨੇ ਭਲਿਆ, ਤੈਨੂੰ ਤੇਰਾ ਮਾਲਕ ਇੰਨਾ ਕੁਝ ਦਿੰਦਾ ਹੈ, ਮਹਾਲ ਮਾੜੀਆਂ ਵਿੱਚ ਵੱਸ ਰਿਹਾ ਹੈ, ਸੋਨੇ ਬਸਤਰ ਪਾਉਣਾ ਹੈ, ਆਗਿਆਕਾਰੀ ਪਰਿਵਾਰ ਹੈ, ਦੌਲਤ ਦੀ ਕੋਈ ਘਾਟ ਨਹੀਂ, ਇੰਨੇ ਸੁੱਖ ਭੋਗ ਰਿਹਾ, ਕਦੀ ਉਸ ਦੇਣਹਾਰ ਨੂੰ ਵੀ ਯਾਦ ਕੀਤਾ ਹੀ? ਦੇਣਹਾਰ ਪ੍ਰਭ ਛੋੜ ਕੇ ਲਾਗੇ ਆਣ ਸਵਾਏ ਵਾਲੀ ਬਿਰਤੀ ਤਾਂ ਨਹੀਂ ਬਣ ਗਈ, ਯਾਦ ਕੀਤਾ ਹੀ? ਜਿਹਦੇ 'ਤੇ ਬੁੱਲ੍ਹੇ ਸ਼ਾਹ ਨੇ ਸਵਾਲ ਕੀਤਾ, ਉਹਨੇ ਬੜੇ ਫਖਰ ਨਾਲ ਇੱਕ ਗੱਲ ਕਹੀ, ਬਾਬਾ ਬੁੱਲ੍ਹੇ ਸ਼ਾਹ, ਮੈਂ ਰੱਬ ਨਾਲ ਜੁੜਿਆ ਹੋਇਆ ਮਨੁੱਖ ਹਾਂ, ਮੈਂ ਤਾਂ ਰੋਜ਼ ਤੜਕੇ ਉੱਠਣਾ, ਫਜ਼ਰ ਦੀ ਨਮਾਜ਼ ਵੀ ਪੜ੍ਹਨਾ, ਇਬਾਦਤ ਵੀ ਕਰਨਾ, ਤਸਬੀਹ ਵੀ ਹੱਥ ਵਿੱਚ ਰੱਖਣਾ। ਬਾਬਾ ਬੁੱਲ੍ਹੇ ਸ਼ਾਹ ਹੱਸ ਪਏ, ਕਹਿਣ ਲੱਗਾ, ਰੋਜ਼ ਤੜਕੇ ਉੱਠਣਾ, ਤੈਨੂੰ ਮਾਲਕ ਨੇ ਇੰਨਾ ਕੁਝ ਦਿੱਤਾ ਹੈ, ਉਹਦੀ ਇਬਾਦਤ ਕਰਨਾ ਹੈ, ਇਹ ਚੰਗੀ ਗੱਲ ਹੈ, ਪਰ ਤੂੰ ਇਹ ਸੋਚਣਾ ਕਿ ਮੈਂ ਤੜਕੇ ਕਿੰਨੇ ਵਜੇ ਉੱਠਣਾ? ਦੋ ਤਿੰਨ ਚਾਰ, ਅਸੀਂ ਇਸੇ ਨੂੰ ਤੜਕਾ ਸਮਝਦੇ, ਫਜ਼ਰ ਦੀ ਨਮਾਜ਼ ਪੜ੍ਹਨ ਵਾਲੇ ਵੀ ਦਾ ਵੀ ਇਹੋ ਟਾਈਮ ਹੈ। ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਖੂਬਸੂਰਤ ਗੱਲ ਕਹੀ, ਕਹਿਣ ਲੱਗੇ, ਰਾਤੀ ਜਾਗੇ, ਬਾਬਾ ਬੁੱਲ੍ਹੇ ਸ਼ਾਹ ਦਾ ਲਫ਼ਜ਼ ਹੈ, ਰਾਤੀ ਜਾਗੇ ਅਤੇ ਕਰੇ ਇਬਾਦਤ, ਪਰ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ, ਤੂੰ ਰਾਤ ਨੂੰ ਜਾਗਣਾ, ਇਹਨੇ ਗੱਲ ਦਾ ਅਭਿਮਾਨ ਕਰਨਾ, ਇਬਾਦਤ ਕਰਨਾ, ਇੰਨੀ ਗੱਲ ਦਾ ਅਭਿਮਾਨ ਕਰਨਾ, ਪਰ ਤੂੰ ਤਾਂ 3 ਵਜੇ 2 ਵਜੇ 1 ਵਜੇ ਉੱਠਣਾ। ਕੁੱਕਰ ਜਿਹੜੇ ਨੇ ਉਹਨਾਂ ਨੂੰ ਇੱਕ ਟੁੱਕਰ ਮਿਲਦਾ, ਬਾਕੀ ਸਮਾਨ ਵੀ ਉਹ ਜੇ ਨਹੀਂ ਮਿਲਦੇ ਜਿਹੜੇ ਤੈਨੂੰ ਮਿਲੇ ਹੋਏ ਨੇ। ਦੇਣਹਾਰ ਨੇ ਜੋ ਕੁਝ ਤੈਨੂੰ ਦਿੱਤਾ ਹੈ, ਖਸਮ ਹੋ ਸਕਦਾ ਕੁੱਕਰ ਨੂੰ ਉਹ ਸਭ ਕੁਝ ਨਾ ਦਿੰਦਾ ਹੋਵੇ, ਪਰ ਉਹ ਸਾਰੀ ਰਾਤ ਉਹਦੇ ਦਰਵਾਜ਼ੇ 'ਤੇ ਜਾਗਦਾ ਹੈ, ਸਾਰੀ ਰਾਤ ਉਹਦੀ ਸੰਪਤਾ ਦੀ, ਉਹਦੇ ਘਰ ਦੀ ਰਾਖੀ ਕਰਦਾ ਹੈ। ਕਿੱਡਾ ਵਫ਼ਾਦਾਰ ਹੈ, ਵਫ਼ਾਦਾਰੀ ਤਾਂ ਇੱਕ ਭਗਤੀ ਹੈ, ਭਗਤੀ ਹੋ ਖਸਮ ਦੀ ਭਗਤੀ ਹੈ ਕਿ ਉਹਦੀ ਵਫ਼ਾਦਾਰੀ ਉਹਦਾ ਬਣ ਕੇ ਰਹਿਣਾ। ਬਾਬਾ ਬੁੱਲ੍ਹੇ ਸ਼ਾਹ ਕਹਿਣ ਲੱਗੇ, ਰਾਤੀ ਜਾਗੇ ਅਤੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ, ਤੇਰੇ ਨਾਲੋਂ ਉਹ ਚੰਗੇ ਨੇ, ਤੇਰੇ ਨਾਲੋਂ ਜ਼ਿਆਦਾ ਆਪਣੇ ਮਾਲਕ ਦੀ ਭਗਤੀ ਕਰਦੇ ਨੇ, ਉਹ ਜ਼ਿਆਦਾ ਹਮਦਰਦੀ ਰੱਖਦੇ ਨੇ, ਜ਼ਿਆਦਾ ਵਫ਼ਾਦਾਰ ਨੇ। ਕਹਿਣ ਲੱਗੇ, ਨਿਰਾ ਇੱਥੇ ਬਸ ਨਹੀਂ, ਮਾਲਕ ਦਾ ਦਰ ਕਦੀ ਨਾ ਛੱਡਣ, ਮਾਲਕ ਦਾ ਦਰ ਕਦੀ ਨਾ ਛੱਡਦੇ, ਭਾਵੇਂ ਮਾਰੇ ਜੁੱਤੇ ਤੈਥੋਂ ਉੱਤੇ, ਭਾਵੇਂ ਉੱਥੋਂ ਕਿਸੇ ਲਈ ਠੋਕਰਾਂ ਮਾਰ ਕੇ
ਕੱਢੇ ਵੀ ਕੋਸ਼ਿਸ਼ ਕਰਿਓ, ਫਿਰ ਮੁੜ ਕਰਕੇ ਘਰ ਘਰ ਦਾ ਦਰਵਾਜ਼ਾ ਨਹੀਂ ਛੱਡਦੇ, ਮਾਲਕ ਦਾ ਦਰ ਕਦੀ ਨਾ ਛੱਡਦੇ, ਭਾਵੇਂ ਮਾਰੇ ਜੁੱਤੇ ਤੈਥੋਂ ਉੱਤੇ। ਕਹਿਣ ਲੱਗੇ ਬੁੱਲੇ ਸ਼ਾਹ ਤੇ ਹਰਖ ਵਿਹਾਜੇ, ਨਹੀਂ ਤਾਂ ਬਾਜੀ ਲੈ ਗਏ ਕੁੱਤੇ ਤੈਥੋਂ ਉੱਤੇ, ਜਿੱਤ ਗਏ ਨਹੀਂ ਉਹ ਤੂੰ ਹਾਰ ਗਿਆ, ਤੇਰੀ ਭਗਤੀ ਤੇਰੀ ਵਫਾਦਾਰੀ ਨਾਲ ਉਹਨਾਂ ਦੀ ਵਫਾਦਾਰੀ ਕਿਤੇ ਜ਼ਿਆਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸੇ ਲਈ ਭਗਤੀ ਕਰਨ ਵਾਲੇ, ਨਾਮ ਜਪਣ ਵਾਲੇ, ਸਿਮਰਨ ਵਾਲੇ ਨੂੰ ਆਖਿਆ, ਭਲਿਆ ਤੂੰ ਵੀ ਕਿਸੇ ਕੂਕਰ ਕੋਲੋਂ ਮਾਲਕ ਦੀ ਭਗਤੀ ਸਿੱਖ ਲੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਚਨ ਆਪਾਂ ਰੋਜ਼ ਪੜ੍ਹਨੇ ਹਾਂ, ਨੌਵੇਂ ਮਹਲੇ ਦੇ ਸਲੋਕਾਂ ਵਿੱਚ ਕਹਿੰਦੇ ਨੇ, ਸਵਾਮੀ ਕੋ ਗ੍ਰਹਿ ਜਿਉਂ ਸਦਾ, ਮਾਲਕ ਦਾ ਘਰ ਹਮੇਸ਼ਾ ਉਹਦਾ ਆਪਣਾ ਘਰ ਹੈ। ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ। ਭਗਤੀ ਦਾ ਕੋਈ ਨਮੂਨਾ ਦੇਖਣਾ ਹੈ, ਜੇ ਐਗਜ਼ਾਮਪਲ ਦੇਖਣੀ ਹੈ ਤਾਂ ਕੂਕਰ ਕੋਲੋਂ ਪੁੱਛ। ਪਰ ਇੱਕ ਸ਼ਰਤ ਹੈ ਕਿ ਕੂਕਰ ਮਾਲਕ ਵਾਲਾ ਹੋਵੇ ਅਤੇ ਥਾਂ ਥਾਂ ਮੂੰਹ ਮਾਰਨ ਵਾਲਾ ਨਾ ਹੋਵੇ। ਜਿਹੜਾ ਕੂਕਰ ਰੂੜੀ 'ਤੇ ਮੂੰਹ ਮਾਰਦਾ ਕਿਸੇ ਵੇਲੇ ਐਸਾ ਕੁਝ ਵੀ ਖਾ ਬਹਿੰਦਾ ਹੈ, ਗੁਰੂ ਨੇ ਬਾਣੀ ਵਿੱਚ ਆਖਿਆ, ਜਿਉਂ ਕੂਕਰ ਹਰ ਖਾਇਆ ਧਾਵੇ ਦਹਿ ਦਿਸ ਜਾਏ। ਫਿਰ ਹੁੰਦਾ ਕੀ ਹੈ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ, ਇੰਨਾ ਤ੍ਰਿਸ਼ਨਾ ਨੂੰ ਹੋ ਜਾਂਦਾ ਕਿ ਉਹ ਖਾਣ ਵੇਲੇ ਇਹ ਵੀ ਨਹੀਂ ਸੋਚਦਾ ਆਹ ਖਾਣਾ ਹੈ ਔਰ ਨਹੀਂ ਖਾਣਾ, ਕਿਸੇ ਵੇਲੇ ਕਿਸੇ ਐਸੀ ਚੀਜ਼ ਨੂੰ ਵੀ ਮੂੰਹ ਮਾਰ ਪੈਂਦਾ ਹੈ ਜਿਹਦਾ ਨਤੀਜਾ ਨਿਕਲਦਾ ਹੈ ਕਿ ਉਹ ਕੂਕਰ ਹਲਕ ਜਾਂਦਾ ਹੈ। ਅਤੇ ਜਿਸ ਵੇਲੇ ਹਲਕ ਜਾਂਦਾ ਹੈ ਕਿਸੇ ਦਾ ਸੱਕਾ ਨਹੀਂ ਰਹਿੰਦਾ, ਜਿਸ ਵੇਲੇ ਹਲਕ ਜਾਂਦਾ ਉਦੋਂ ਮਾਲਕ ਦਾ ਵੀ ਵਫਾਦਾਰ ਨਹੀਂ ਰਹਿੰਦਾ, ਉਹਨੂੰ ਵੀ ਮੂੰਹ ਪਾ ਲੈਂਦਾ, ਅਤੇ ਉਦੋਂ ਫਿਰ ਉਹਦਾ ਕੋਈ ਇਲਾਜ ਵੀ ਨਹੀਂ ਹੁੰਦਾ, ਇਲਾਜ ਵੀ ਉਹਦਾ ਉਹਦੀ ਮੌਤ ਹੀ ਹੁੰਦੀ ਹੈ। ਲੋਕ ਬੁਲਾਉਂਦੇ ਨੇ ਮਿਊਂਸਪੈਲਿਟੀ ਵਾਲਿਆਂ ਨੂੰ, ਕਹਿੰਦੇ ਨੇ ਇਹ ਕੁੱਤਾ ਹਲਕ ਗਿਆ, ਇਹਨੂੰ ਲੈ ਜਾਓ ਮਾਰੋ ਗੋਲੀ ਪਾ ਦਿੰਦੇ। ਕਹਿੰਦੇ ਨੇ ਇਹ ਸਭ ਕੁਝ ਕਿਉਂ, ਕਿਉਂਕਿ ਮਾਲਕ 'ਤੇ ਵਿਸ਼ਵਾਸ ਨਹੀਂ ਰਿਹਾ, ਜਾ ਕੇ ਰੂੜੀ ਵਿੱਚੋਂ ਮੂੰਹ ਮਾਰਨ ਲੱਗ ਪਿਆ। ਆਪਣੇ ਮਾਲਕ 'ਤੇ ਵਿਸ਼ਵਾਸ ਕਰਕੇ ਜਿਹੜਾ ਕੂਕਰ ਬੈਠਾ ਹੈ ਨਾ, ਕਿ ਜੋ ਤੂੰ ਦੇ ਸੋਈ ਹੋ ਖਾਓ, ਵਿਆਹ ਦਰ ਨਾ ਹੀ ਕਹਿ ਦਰ ਜਾਓ, ਸਿਰਫ ਤੇਰਾ ਦਿੱਤਾ ਹੋਇਆ ਹੀ ਖਾਵਾਂਗਾ। ਜਿਸ ਨੂੰ ਆਪਣੇ ਅਸਲ ਭਗਤੀ ਹੈ ਹੀ ਇਹੋ ਕਿ ਉਹਦੇ 'ਤੇ ਵਿਸ਼ਵਾਸ ਹੋਵੇ। ਗੁਰੂ ਨੇ ਇਸੇ ਲਈ ਨਾ ਬਖਸ਼ਿਸ਼ ਕੀਤੀ ਤਾਂ ਕਿਹਾ ਨਾ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਵੱਡੇ ਭਾਗਾਂ ਵਾਲਾ ਹੈ ਜਿਹੜਾ ਗੁਰੂ ਦਾ ਸਿੱਖ ਹੈ। ਔਰ ਇੱਥੇ ਵੀ ਕਿਹਾ ਕਰਮੀ ਸਤਿਗੁਰੂ ਪਾਇਆ, ਕਰਮੀ ਦਾ ਕੀ ਹੈ, ਕਰਮਾਂ ਨਾਲ ਵੱਡੇ ਭਾਗਾਂ ਨਾਲ। ਕਹਿਣ ਲੱਗੇ ਕਰਮਾਂ ਨਾਲ ਸਤਿਗੁਰੂ ਮਿਲ ਜਾਏ ਅਤੇ ਮੇਰੀ ਉਹ ਕੂਕਰ ਵਰਗੀ ਦਰ ਦਰ ਭਟਕਣ ਵਾਲੀ ਅਵਸਥਾ, ਮੇਰੀ ਉਹ ਕੂਕਰ ਵਾਲੀ ਭਰੋਸਾ ਮਾਲਕ 'ਤੇ ਭਰੋਸਾ ਵਿਸ਼ਵਾਸ ਨਾ ਕਰਨ ਵਾਲੀ ਅਵਸਥਾ ਬਦਲ ਦੇਵੇ ਅਤੇ ਮੈਨੂੰ ਉਹਨਾਂ ਦੁੱਖਾਂ ਤੋਂ, ਜਿਹੜਾ ਭਟਕਣਾਂ ਦੇ ਦੁੱਖ ਨੇ, ਜਿਹੜੇ ਪਿੰਜਰ ਖਾਣ ਪਿੱਛੇ ਰਾਡਾ ਰੋੜੀ ਵਿੱਚ ਭਟਕਣ ਦੇ ਦੁੱਖ ਨੇ, ਅਤੇ ਉਹ ਜਿਨ੍ਹਾਂ ਦੁੱਖਾਂ ਦਾ ਆਖਰੀ ਇਲਾਜ ਮੌਤ ਹੈ, ਮੈਨੂੰ ਉਹਨਾਂ ਦੁੱਖਾਂ ਤੋਂ ਸਤਿਗੁਰੂ ਛੁਡਾ ਲਵੇ, ਬਸ ਇਹ ਉਹਦੀ ਰਹਿਮਤ ਹੈ। ਅਤੇ ਕਰਮਾਂ ਨਾਲ ਸਤਿਗੁਰੂ ਦੀ ਸੰਗਤ ਮਿਲਦੀ ਹੈ। ਬਾਬਾ ਕਬੀਰ ਜੀ ਨੇ ਇਹੋ ਦੋ ਗੱਲਾਂ ਅੱਜ ਦੇ ਸਲੋਕ ਵਿੱਚ ਸਮਝਾਈਆਂ ਅਤੇ ਕਹਿਣ ਲੱਗੇ,
कबीर कुकर पौंगना कबीर कुकर पौंगना कुरंग पीछे कुरंग पीछे उठ धा उठ धा कुरंग पिछे उठदा है ते ओ मुर्दार खाने वाला भी कूड़ बोलना भौंकना है। दोनों चीजां नूं इस लाइन विच भी इकट्ठा कीता कि कूड़ बोल मुर्दार खाए, कूड़ बोलदा है ते प्राया हक खांदा है। ते कहिंदे इहो हालत उस मनुख दी है जेड़ा मनुख गुरु नालों टुटिया होया है ते रब दी दित्तियां होईयां दातां ते भरोसा विश्वास नहीं करदा, थां थां भटकदा है ते फिर पक्ख अपक्ख चंगा मंदा जायज़ नजायज़ जिसनों आपां अज दे लफ्ज़ां विच करप्शन आखने आ, जायज़ नजायज़ ये ना। ते बाबा कबीर कहिंदे ने करमी सतगुरु पाईए ਵੱਡੇ ਭਾਗਾਂ ਨਾਲ ਜੇ ਗੁਰੂ ਸ਼ਬਦ ਨਾਲ ਸਿੱਖ ਜੁੜ ਜਾਏ ਤਾਂ ਫਿਰ ਉਹਦਾ ਜੀਵਨ ਬਦਲ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਕਰਮੀ ਸਤਿਗੁਰ ਪਾਇਆ ਕਰਮੀ ਸਤਿਗੁਰ जिन होलिया छुड़ा जिन हो लिया छुड़ा जिन हो लिया छुड़ा जिन हो लिया छुड़ा ਜੀਵਨ ਦਾ ਵਿਕਰਮਾਂ ਦੇ ਵਿਕਾਰਾਂ ਦੇ ਜਾਲ ਵਿੱਚੋਂ ਛੁੱਟ ਜਾਣਾ ਇਹੋ ਹੀ ਗੁਰੂ ਦੀ ਬਖਸ਼ਿਸ਼ ਹੈ। ਅਤੇ ਅੱਜ ਦਾ ਜੀਵਨ ਮੈਂ ਕੀ ਦੇਖ ਰਿਹਾ, ਚਾਰੋ ਚੁਫੇਰੇ
समेत मेरे है। इहो जिहा संसारिक जाल विच फस चुका है कि गुरु नाल जुड़ के बाणी पढ़दा होया फिर भी गुरु ते भरोसा नहीं कर रहा, मालिक ते भरोसा नहीं। हालांकि सब कुछ देखदा है। पिछले दिनों च भी एक विचार विच ए गल आई सी कि केडी अजीब गल है कि मनुख लै रहा है, उन्हूं वरत भी रहा है, पर भरोसा फिर भी नहीं हो रहा। दौलत कमानी लफज सन कि दौलत कमानी मेरे हाथ है, पर सुख तो मेरे हाथ नहीं ना। कई कोट सतगुरु कहते कई कोट बैठते ही खाए, कई कोट काले थक पाए, कई कोट किए धनवंत, कई कोट माया में चिंत, सुख ना ही बहुते धन घाटे। उस दिन भी लफज आए सन भलिया, दौलत कमा सकना है तू, पर इस गल ते अभिमान ना करी कि ये दौलत मेरे सुख दा समान भी है। कोई जरूरी नहीं, संसार अंदर बड़े बड़े दौलतवंद पहन बैठे ने, पर उन्होंने सुख दी नींद कोई नहीं। इसलिए उस मालिक देन वाले ते भरोसा कर कि मेरे मालिक ने मैनू सुख भी देने ने, सुख दे साधन भी देने ने। मैं एक बार अर्ज की थी सी कि मत समझिए गुरु सुख दिंदा है, नहीं, गुरु सुख दा राह दसदा है, सुख दा साधन दिंदा है। निरियां अरदासां करके आखिए साडा पेट भर जाए ते नहीं, अरदास करके आखिए जी मैनू शब्द नाल जोड़ लै, मैनू गुरु ते मैनू रब ते मैनू खसम ते विश्वास पैदा कर। ये अरदास जिहड़ी है ना, ये सुन के फिर वो तेनू मालिक ते विश्वास पैदा होएगा। उस ओ विश्वास जिहड़ा कूकर दा ओ जीवन बना देवेगा, जिंदे गले हमारे जेवरी जां खिंचे ते जाओ, जो तुम दे सोईयां खाओ ब्याह दर नाही कैदर जाओ। इहो जिहे विचार बाबा कबीर जी ने साडे जीवन विच कोई इनकलाब लियाण लई दो दो लाइनां विच इहो जिहे विचार दित्ते ने जिहड़े जीवन नूं सुखाला बना सकदे ने। इन्हां शब्दां नाल खिमांदा जा चुका, फतेह बुलाओ। वाहिगुरू जी का खालसा, वाहिगुरू जी की फतेह।